ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਦੀ ਲੜੀ 'ਚ ਭਾਰਤੀ ਰੇਲ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਨਿਗਮੀਕਰਨ ਤਹਿਤ ਲਿਆਉਣ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ ਰੇਲਵੇ ਮੁਲਾਜ਼ਮ ਸੰਘਰਸ਼ ਦੇ ਰਾਹ 'ਤੇ ਹਨ। ਇਸ ਨੂੰ ਲੈ ਕੇ RCF ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਰੇਲ ਕੋਚ ਫੈਕਟਰੀ ਦੇ ਸਾਰੇ ਮੁਲਾਜ਼ਮ ਸ਼ਾਮਲ ਹਨ। ਇਸ ਸੰਬੰਧੀ ਸਮੂਹ ਮੁਲਾਜ਼ਮਾਂ ਨੇ ਨਿਗਮੀਕਰਨ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਨਿਗਮੀਕਰਨ ਦਾ ਪ੍ਰਸਤਾਵ ਰੱਦ ਨਾ ਕੀਤਾ ਗਿਆ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਕਰਨਗੇ। ਸਮੂਹ ਮੁਲਾਜ਼ਮਾਂ ਨੇ ਇਸ ਸੰਬੰਧੀ ਇੱਕ ਮੰਗ ਪੱਤਰ ਰੇਲ ਕੋਚ ਫੈਕਟਰੀ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤਾ। ਜਸਵੰਤ ਸਿੰਘ, ਜਨਰਲ ਸੈਕਟਰੀ RCM ਮੈਨਜਿੰਗ, ਜੋ 18/6/2019 ਨੂੰ ਲੈਟਰ ਨਿਕਲਿਆ ਸੀ RB ਦੁਆਰਾ ਕੱਢਿਆ ਗਿਆ, ਉਹ ਜਿਹੜਾ ਸਾਰੇ ਪ੍ਰੋਡਕਸ਼ਨ ਯੂਨਿਟਾਂ ਨੂੰ ਨਿਗਮੀਕਰਨ ਕਰਨ ਦਾ ਲੈਟਰ ਹੈ। ਉਹਦੇ ਨਾਲ RCF ਦਾ ਵੀ ਇੱਕ ਨਾਮ ਹੈ। ਜਿਹੜੇ 7 ਪ੍ਰੋਡਕਸ਼ਨ ਯੂਨਿਟ ਆ, ਸਾਰੇ ਫਾਇਦੇ ਵਾਲੇ ਪ੍ਰੋਡਕਸ਼ਨ ਯੂਨਿਟ ਹੈ, ਉਹਨਾਂ 'ਚ ਕੋਈ ਵੀ ਘਾਟੇ ਵਾਲਾ ਪ੍ਰੋਡਕਸ਼ਨ ਯੂਨਿਟ ਨਹੀਂ ਹੈ। ਮੋਦੀ ਜੀ ਨੇ 2014 'ਚ DLW 'ਤੇ ਇਹ ਕਿਹਾ ਸੀ ਉਸਦੇ ਗਰਾਊਂਡ 'ਚ ਕਿ ਕੋਈ ਵੀ ਯੂਨਿਟ ਜਿਹੜਾ ਹੈ, ਕੋਈ ਵੀ ਮਤਲਬ ਪ੍ਰੋਡਕਸ਼ਨ ਯੂਨਿਟ ਨੂੰ ਨਿੱਜੀਕਰਨ ਨਹੀਂ ਕਰਿਆ ਜਾਏਗਾ। ਲੇਕਿਨ ਉਹ ਆਪਣੀ ਗੱਲ ਤੋਂ ਮਤਲਬ ਘੁੰਮਦੇ ਹੋਏ ਇਹਨਾਂ ਕਦ ਜਿਹੜਾ ਦੁਬਾਰੇ 'ਤੇ ਉਹਨਾਂ 'ਤੇ ਘੁਲਾੜਾ ਚਲਾ ਰਿਹਾ, ਜਿਸ ਕੇ ਵਿੱਚ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਣਾ। ਉਸਕੇ ਬਾਅਦ ਇਹਨਾਂ ਨੇ ਅੱਗੇ ਵੱਧਦੇ ਹੋਏ ਬਹੁਤ ਕੁਛ ਕਰਿਆ ਗਿਆ। ਜਿਹੜਾ ਇਸਕੀ ਕਾਰਵਾਈ ਹੈ, ਇਹਨਾਂ ਨੇ ਰਾਈਟਸ ਨੂੰ ਵੀ ਦੇ ਦਿੱਤੀ ਗਈ ਹੈ। ਉਸਕੇ CMD ਨੂੰ ਇਹਨਾਂ ਨੇ ਪੈਮਾਨਾ ਉਸਕਾ ਤੈਅ ਕਰਿਆ ਗਿਆ ਕਿ ਕਿੱਦਾਂ ਨਿੱਜੀਕਰਨ ਹੋਣਾ। ਇੱਕ RCF ਕੇ ਵਿੱਚ 9000 ਮੈਂਬਰ ਆ, ਉਸਕੇ ਵਿੱਚ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਉਸਕੇ ਵਿੱਚ 9000 ਮੈਂਬਰ ਆ, ਉਹ ਵੀ RCF ਕਾ ਵਿੱਚ ਦੌਰਾ ਕਰੇਗੀ। ਲੇਕਿਨ RCM ਕੇ ਵਿੱਚ ਸਾਰੀ ਉਹਨਾਂ ਨੇ ਐਸੋਸੀਏਸ਼ਨਾਂ ਨੇ ਮਿਲ ਕੇ ਇੱਕ ਜਿਹੜਾ ਹੈ RCF ਬਚਾਓ ਸੰਘਰਸ਼ ਕਮੇਟੀ ਬਣਾਈ ਹੈ। RCF ਕੇ ਕਰਮਚਾਰੀਆਂ ਨੇ ਕਦੇ ਵੀ ਗਲਤ ਚੀਜ਼ ਨਾਲ ਸਮਝੌਤਾ ਨਹੀਂ ਕਰਿਆ। 2006 ਕੇ ਵਿੱਚ ਵੀ PSU ਬਣਾਉਣ ਦੀ ਕੋਸ਼ਿਸ਼ ਕਰੀ ਹੈ, ਜਿਸਕੇ ਵਿੱਚ RCF ਕੇ ਸਾਰੇ ਕੰਮ ਨੇ ਜੁਆਇੰਟ ਐਕਸ਼ਨ ਕਮੇਟੀ ਬਣਾ ਕੇ ਜੋ ਇਸ ਨੂੰ ਬਚਾਇਆ ਸੀ 70 ਦਿਨ ਲੜਾਈ ਲੜਨ ਕੇ ਬਾਅਦ। ਹੁਣ ਫਿਰ ਉਹੀ ਟਾਈਮ ਆ ਗਿਆ ਕਿ ਸਾਰੀ ਜਥੇਬੰਦੀਆਂ ਇਕੱਠੀ ਹੋ ਕੇ ਹੁਣ ਵੀ ਜਿਹੜਾ ਟਾਕਰਾ ਕਰਕੇ ਜਦੋਂ ਤੱਕ ਵੀ ਇਸ ਨੂੰ ਆਪਣੀ ਤਜਵੀਜ਼ ਨੂੰ ਵਾਪਸ ਨਹੀਂ ਲੈਂਦਾ ਰੇਲਵੇ ਬੋਰਡ, ਭਾਰਤ ਸਰਕਾਰ, ਉਸ ਟਾਈਮ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਰੋ ਜਾਂ ਮਰੋ ਕੀ ਨੀਤੀ 'ਤੇ ਅਸੀਂ ਕੰਮ ਕਰ ਰਹੇ ਹਾਂ। ਇੱਦਾਂ ਸਾਡੇ ਸਾਰੇ ਇੰਡੀਅਨ ਰੇਲਵੇ 'ਚ ਜਿਹੜੇ ਆ ਰੋਸ ਪ੍ਰਦਰਸ਼ਨ ਹੋ ਰਹੇ ਹਾਂ, ਅਤੇ ਥੋੜ੍ਹੀ ਬਹੁਤ ਜਿਹੜੀ ਹਿਲਜੁਲ ਹੈ ਸਰਕਾਰ ਕੀ ਉੱਧਰ ਵੀ ਹੋਈ ਹੈ। ਗਾਂਧੀ ਜੀ ਨੇ ਵੀ ਜੋ ਵਹਾਂ ਪੇ ਮੁੱਦਾ ਉਠਾਇਆ, ਉਹਨਾਂ ਨੇ ਸਾਰੇ ਪ੍ਰੋਡਕਸ਼ਨ ਯੂਨਿਟਾਂ ਗਿਆ ਇਸ ਚੀਜ਼ ਦੇ ਵਿੱਚ ਵਿਰੋਧਤਾ ਕੀਤੀ ਹੈ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ, ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਦੇ MP ਨੇ ਜਿਹੜਾ ਮੁੱਦਾ ਉਠਾਇਆ ਵਹਾਂ ਪੇ ਰੇਲ ਕਰਮਚਾਰੀਆਂ ਕੇ ਨਿੱਜੀਕਰਨ ਕੇ ਖਿਲਾਫ ਸਾਰੇ ਪ੍ਰੋਡਕਸ਼ਨ ਯੂਨਿਟ ਜਾਂ ਰੇਲ ਕਾ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਇਹ ਲੜਾਈ ਜਿਹੜੀ ਹੈ RCF ਦੇ ਵਿੱਚ ਉਸ ਟਾਈਮ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਨਿੱਜੀਕਰਨ ਦਾ ਫੈਸਲਾ ਰੱਦ ਨਹੀਂ ਹੋ ਜਾਂਦਾ। ਰਾਮ ਰਤਨ ਸਿੰਘ, RCF ਸਾਰੇ RCF ਦੇ ਵਿੱਚ ਕੰਮ ਕਰਦੇ ਹਾਂ, ਸਾਰੇ ਜਥੇਬੰਦੀਆਂ ਵੱਲੋਂ ਬਣਾਈ ਗਈ RCF ਸੰਘਰਸ਼ ਕਮੇਟੀ ਦਾ ਕੋ ਕਨਵੀਨਰ ਅਤੇ ਜਨਰਲ ਸੈਕਟਰੀ RCF ਮਜ਼ਦੂਰ ਯੂਨੀਅਨ, ਜੋ 18/6/2019 ਨੂੰ ਮਨਮਾਨੇ ਤਰੀਕੇ ਦੇ ਨਾਲ ਭਾਰਤ ਸਰਕਾਰ ਨੇ ਇਹ ਰੇਲ ਕੋਚ ਫੈਕਟਰੀ ਦਾ ਔਰ ਨਾਲ 6 ਪ੍ਰੋਡਕਸ਼ਨ ਯੂਨਿਟ ਹੋਰ ਉਹਨਾਂ ਦਾ ਨਿਗਮੀਕਰਨ ਦੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਨੇ, ਅਸੀਂ ਉਹਨਾਂ ਦਾ ਪੂਰਨ ਰੂਪ ਦੇ ਵਿੱਚ ਡਟ ਕੇ ਵਿਰੋਧ ਕਰਦੇ ਹਾਂ। ਕਿਉਂਕਿ RCF ਦੀ ਜਿਹੜੀ ਇਕਾਈ ਹੈ, ਇਹ ਇਕਾਈ 80 ਤੋਂ ਵੱਧ ਵਰਾਇਟੀ ਆਫ ਕੋਚਸ ਬਣਾ ਕੇ ਭਾਰਤੀ ਰੇਲ ਨੂੰ ਦੇ ਚੁੱਕੀ ਹੈ, ਅਤੇ 50 ਤੋਂ ਵੱਧ ਕੋਚ ਜਿਹੜਾ ਸਾਡਾ ਭਾਰਤੀ ਰੇਲ ਦੇ ਟਰੈਕ ਦੇ ਉੱਪਰ ਚੱਲ ਰਿਹਾ, ਉਹ ਭਾਰਤ ਦੀ ਸੇਵਾ ਕਰ ਰਿਹਾ ਹੈ। ਇਹ ਜਿੰਨਾ ਵੀ ਮੁਨਾਫੇ ਵਾਲਾ ਯੂਨਿਟ ਨੇ, ਚਾਹੇ ਉਹ DLW ਹੈ, ਚਾਹੇ ਉਹ MCF ਹੈ, ਜਾਂ ਜਿੰਨੇ ਵੀ ਹੋਰ ਪ੍ਰੋਡਕਸ਼ਨ ਯੂਨਿਟ ਨੇ, ਉਹਦੇ ਵਿੱਚ ਇਹ ਰੇਲ ਕੋਚ ਫੈਕਟਰੀ ਵੀ ਹੈ। ਔਰ ਰੇਲ ਕੋਚ ਫੈਕਟਰੀ ਸਭ ਤੋਂ ਵੱਧ ਪ੍ਰੋਡਕਸ਼ਨ ਦੇ ਕੇ ਜੋ ਰੇਲਵੇ ਬੋਰਡ ਦਾ ਟਾਰਗੇਟ ਸੀ, ਉਸ ਟਾਰਗੇਟ ਨੂੰ ਅਚੀਵ ਕਰਦੇ ਹੋਇਆਂ ਰੇਲਵੇ ਨੂੰ ਕਰੋੜਾਂ ਰੁਪਏ ਦਾ ਪਰ ਈਅਰ ਜਿਹੜਾ ਉਹ ਮੁਨਾਫਾ ਕਮਾ ਕੇ ਦੇ ਰਹੀ ਹੈ। ਅਤੇ ਇਹਦੇ ਦੇ ਉੱਪਰ ਭਾਰਤ ਮੌਜੂਦਾ ਭਾਰਤ ਸਰਕਾਰ ਦੀ, ਇਹਦੇ ਜਿਹੜੇ ਦਲਾਲ ਨੇ ਉਹਨਾਂ ਦੀ ਆਖਿਆ ਵੀ ਇਹਨਾਂ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਪਹਿਲਾਂ ਨਿਗਮੀਕਰਨ ਦੇ ਅਧੀਨ ਲਿਆਈਏ, ਨਿਗਮੀਕਰਨ ਦੇ ਵਿੱਚ ਫਿਰ ਘਾਟਾ ਸ਼ੋ ਕਰਕੇ ਇਹਨੂੰ ਪ੍ਰਾਈਵੇਟਾਈਜ਼ ਦੇ ਹੱਥਾਂ ਦੇ ਵਿੱਚ ਦੇ ਦਈਏ। ਪਰ ਅਸੀਂ ਇਹ ਚੀਜ਼ ਨਹੀਂ ਹੋਣ ਦਿਆਂਗੇ, ਇਹਨਾਂ ਦੇ ਮਨਸੂਬਿਆਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਜਿੰਨੀ ਦੇਰ ਤੱਕ ਜਿਹੜੀ ਸਾਨੂੰ ਲੜਾਈ ਹੈ ਉਹ ਲੜਨੀ ਪਈ, ਅਸੀਂ ਉਹ ਲੜਾਂਗੇ। ਕਿਉਂਕਿ ਅੱਜ ਅਸੀਂ ਡੂ ਐਂਡ ਡਾਈ ਦਾ ਪ੍ਰਣ ਲੈ ਕੇ ਸਾਰੀਆਂ ਰੇਲ ਕੋਚ ਫੈਕਟਰੀਆਂ ਦੇ ਇੰਪਲਾਈ ਸਮੇਤ, ਜਥੇਬੰਦੀਆਂ ਸਮੇਤ ਇਹ ਫੈਸਲਾ ਕਰਕੇ ਨਿਕਲਿਆ ਵੀ ਅੱਜ ਆਪ ਹੈ ਨਹੀਂ ਜਾਂ ਗਾਹਕ ਹੈ ਨਹੀਂ, ਇਹਨੂੰ ਛੱਡਾਂਗੇ ਨਹੀਂ। ਜਿਹਨਾਂ ਮਨਮਾਨੇ ਤਰੀਕੇ ਦੇ ਨਾਲ ਬਿਨਾਂ ਕਿਸੇ ਯੂਨੀਅਨ ਦੇ ਨਾਲ ਗੱਲਬਾਤ ਕੀਤਿਆਂ ਇਹ ਐਕਸ਼ਨ, ਇਹ ਪਲਾਨ ਤਿਆਰ ਕਰਕੇ ਭਾਰਤੀ ਰੇਲ ਦੇ ਇੰਪਲਾਈਆਂ ਦੇ ਅੱਗੇ ਰੱਖ ਦਿੱਤਾ, ਇਹਨੂੰ ਠੋਕ ਕੇ ਰੱਖ ਦਾਂਗੇ। ਇਹ ਉੱਪਰੋਂ ਵੀ ਸਾਰੇ ਜਿੰਨੀਆਂ ਵੀ ਫੈਡਰੇਸ਼ਨਾਂ ਉੱਪਰ ਕੰਮ ਕਰਦੀਆਂ ਨੇ ਉਹਨਾਂ ਨੇ ਵੀ ਆਦੇਸ਼ ਦਿੱਤੇ ਨੇ ਵੀ ਜੁਆਇੰਟ ਹੋ ਕੇ ਲੜੋ, ਜਿਵੇਂ ਤੁਸੀਂ ਪਿਛਲੀ ਵਾਰ 2005-06 ਦੇ ਵਿੱਚ ਹੱਲਾ ਬੋਲ
मुकाबला किया भारत सरकार का, तो अज भी वो तो दूनी ताकत दे विच तुसी देख सकते हो किस तरीके दे नाल साडी ए एम्पलाइज वर्ग और जिहड़ी जिहड़ी मर्जी कैटागरी दा अज अपने आप आप मुहारे साडे इस कट दे विच शामिल होया। असी इस चीज़ नूं अपनी जिहड़ी डू एंड डाई जां जिहड़ा निकमी करन दा फैसला इहनूं रद्द करा के रहांगे। धन्नवाद। हरजीत सिंह, आर सी एफ बचाओ संघर्ष समिति का जनरल सैकटरी। मैं अज तुहानूं इह दसना चाहुंदा कि 18/6 नूं रेलवे बोर्ड द्वारा, रेलवे बोर्ड के चेयरमैन द्वारा एक लैटर 7 ते 7 प्रोडक्शन यूनिट जिहड़े भारतीय रेल के अंदर ने जिन्हों का काम कोच बनाना ते इंजन बनाना है, उन्हां सारे प्रोडक्शन यूनिटां नूं वो एक निगम दे विच बदलन दा जिहड़ा वो आदेश जारी किया। वो उस आदेश के खिलाफ 7 ते 7 प्रोडक्शन यूनिट जिंदे विच रेल कोच फैक्टरी दे विच ए जिहड़ा आर सी एफ कपूरथला नां दा ये प्रोडक्शन यूनिट है भारतीय रेल का, इंदे विच इस पत्र नूं लै के लोकां दे विच भारी जिहड़ा वो निराशा और गुस्सा जिहड़ा वो चरम सीमा ते है। इंदा मुख्य कारण कि ये प्रॉफिट विच जिहड़े अदारे ने उन्होंने कोटियां के भाव के वेचण वास्ते ये निगमीकरण किया जा रहा है, जिंदा कि असी 2005-06 दे विच भी असी डट के विरोध किया और पूरी इंडियन रेलवे दे विच प्रोडक्शन यूनिटा दे विच परिवारों समेत जिहड़े आ वो कर्मचारी लगे हुए ने। मैं तुहाडे चैनल राही मैं दसना चाहुंदा कि ये भारत सरकार दिन दे विच जिहड़ा सुपने लै रही है ये मनसूबे होंगे जिहड़े कामयाब नहीं होण दित्ते जाणगे। ये फैक्ट्रियां जिहड़ियां टाटा बिरला अंबानी अंडानी वर्गे वड्डे वड्डे पूंजीपतियां नूं वेचना चाहुंदे ने, ये BSNL वांगू जिहड़ा वो जियो नूं बराबर विच खड़े करके BSNL नूं वेचना चाहुंदे ने। इसे तरीके नाल ये रेल दे प्रोडक्शन यूनिट जिहड़े आ जिहड़े साडे लोकां ने जमीन दे के ये रेलवे नूं जमीन दे के ये भारत सरकार नूं जमीन दे के इत्थे कारखानियां दी उसारी करवाई सी और अज ये कहण इहो जिहे लालियां दे हत्थे च ये इहदी चाबी जिहड़ी सौंप दित्ती जाएगी, इहदा निगमीकरण करके कल नूं इहनूं घाटे शो करके इहदे जिहड़े शेयर है वह मार्केट च डाउन करके इहनूं वेच दित्ता जाएगा। ये मनसूबे जिहड़ा वह रेल का काम आ, वह आर सी एफ का काम आ, किते नहीं होण देगा। और अज बड़ी वड्डी गल है कि अज पूरी आर सी एफ दे विच तमाम जथेबंदियां वो भावें यूनियनां ने, वो भावें एसोसीएशनां ने, वो साडे छोटे छोटे बच्चे ने, वो साडियां औरतां ने, साडे बजुर्ग ने, साडे कर्मचारी ने, सारे एक प्लेटफार्म दे उत्ते कट्ठे होए ने। अज ठाठा मारदा होया कट्ठ, अज रो भरपूर ये कट्ठ ये दर्शाउंदा है पए ये भारत सरकार नूं ये चेतावनी दे रहा कि अजे भी डुल्ले बेरां दा कुछ नहीं विगड़िया। ये जब तक ये लैटर वापस नहीं हुंदा, ये निगमीकरण दा लैटर वापस नहीं हुंदा, 2005 च भी असी उदों तक 70 दिन जिहड़ा एजिटेशन लड़िया सी और हुण जिथों तक भी जाना पएगा अपनियां जानां भी वारनियां पैणगियां, असी परिवारों समेत जिहड़े आ तैयार पर तैयार बैठे आ। धन्नवाद। हमारी दोनों यूनियंस सभी यूनियन सभी उनके काफ़ी